ਸਤਿ ਸ੍ਰੀ ਅਕਾਲ, ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਉਮੇਸ਼ ਸ਼ਰਮਾ ਔਰ ਗੱਲ ਕਰਾਂਗੇ ਜੀ IPL ਆਕਸ਼ਨ ਦੀ। ਜੀ ਹਾਂ, ਦੁਬਈ ਵਿੱਚ ਮੇਲਾ ਲੱਗਣ ਲੱਗਿਆ, ਮਿੰਨੀ ਆਕਸ਼ਨ ਹੋਣ ਵਾਲੀ ਹੈ ਔਰ ਸਾਡੇ ਨਾਲ ਖਾਸ ਮਹਿਮਾਨ ਸਾਬਕਾ ਕ੍ਰਿਕਟਰ, ਸਾਡੇ ਇੰਟਰਨੈਸ਼ਨਲ ਸਰਨਦੀਪ ਸਿੰਘ ਜੁੜ ਚੁੱਕੇ ਨੇ। ਭਾਜੀ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਤੁਹਾਨੂੰ ਵੀ ਹੋਰ ਭਾਜੀ, ਕੀ ਹਾਲ ਚਾਲ? ਸਭ ਵਧੀਆ? ਬਹੁਤ ਬਹੁਤ ਵਧੀਆ ਭਾਜੀ। ਸਰਦੀ ਦਾ ਮਾਹੌਲ ਹੈ ਆਪਣੇ ਇੱਧਰ ਦਾ ਨਾਰਥ ਵਿੱਚ, ਤੇ ਗਰਮੀ ਆਉਣ ਵਾਲੀ ਹੈ। ਹੁਣ ਦੁਬਈ ਤਾਂ ਵੈਸੇ ਵੀ ਡੈਜ਼ਰਟ ਕਹਿੰਦੇ ਨੇ। ਡੈਜ਼ਰਟ? ਨਹੀਂ, ਬਿਲਕੁਲ ਨਹੀਂ। ਠੰਡ ਆ ਗਈ ਨੌ ਚ, ਤੁਸੀਂ ਸਵੈਟਰ ਹੀ ਪਾਇਆ, ਮੈਂ ਜੈਕਟਾਂ ਪਾਈਆਂ ਦਿੱਲੀ 'ਚ, ਫਿਰ ਠੰਡ ਲੱਗਣ ਦੀ ਕਰਤੀ। ਮੈਂ ਕੱਢਦਾ, ਮੈਨੂੰ ਗਰਮੀ ਆਕਸ਼ਨ ਦੇ ਪਰਸ ਸੁਣ ਸੁਣ ਕੇ ਗਰਮੀ ਆਏ ਚੜੀ ਜਾ ਰਹੀ ਹੈ ਭਾਜੀ। ਕਿਹਨੂੰ ਬਣਾ ਰਹੇ ਹੋ ਕਰੋੜਪਤੀ? ਨਹੀਂ, ਹਾਲੇ ਗਰਮੀ ਤੇ ਕੱਲ ਪੈਣੀ ਅਸਲੀ, ਹਾਂ ਜੀ। ਕੱਲ 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 ਮੀਂਹ ਵਰਨੇ ਨੋਟਾਂ ਦੇ, ਪਲੇਅਰਾਂ ਦੇ ਉੱਤੇ। ਨੋਟਾਂ ਦੇ ਮੀਂਹ ਵਰਨੇ, ਐਗਜੈਕਟਲੀ ਭਾਜੀ, ਨੋਟਾਂ ਤੇ ਮੀਂਹ ਵਰਨੇ। ਗੱਲ ਭਾਜੀ ਆਕਸ਼ਨ ਦੀ ਗੱਲ ਕਰ ਲਈਏ, 10 ਟੀਮਾਂ ਨੇ, ਮਿੰਨੀ ਆਕਸ਼ਨ ਹੈ, ਤੇ ਆਪਾਂ ਗੱਲ ਕਰੀਏ ਕਿ 262 ਪੁਆਇੰਟ ਮੈਂ ਦੇਖ ਰਿਹਾ ਸੀ, 95 ਕਰੋੜ ਦਾ ਪਰਸ ਹੈ। ਔਰ ਉਹਦੇ ਵਿੱਚ ਜੇ ਹਾਂਜੀ, ਟੌਪ ਟੀਮਾਂ ਦੇਖੀਏ, ਗੁਜਰਾਤ, ਬੈਂਗਲੁਰੂ ਵੀ ਹੈ, ਹੈਦਰਾਬਾਦ, ਇਹ ਟੀਮਾਂ ਨੇ। ਲੇਕਿਨ ਗੱਲ ਉਹ ਹੈ ਕਿ ਕੌਣ ਬਣੇਗਾ ਕਰੋੜਪਤੀ ਦੀ, ਮੀ ਕਿਸਤੇ ਵਾਰਨਾ ਹੈ, ਉਹ ਕਿਹੜੇ ਨਾਮ ਤੁਸੀਂ ਤੁਹਾਡੇ ਜ਼ਹਿਨ ਵਿੱਚ ਚੱਲ ਰਹੇ ਨੇ? ਪਹਿਲਾਂ ਤਾਂ ਮੈਂ ਗੱਲ ਕਰਾਂਗਾ ਕੈਪਡ ਪਲੇਅਰ, ਜਿਹੜਿਆਂ ਦੇ ਬ੍ਰਾਈਸ ਪ੍ਰਾਈਸ 2 ਕਰੋੜ ਨੇ। ਮੈਂ ਇੱਕ ਦੇ ਵੀ ਦੇਵਾਂ ਨਾਮ, ਰਚਿਨ ਦੇ, ਰਵਿੰਦਰ ਦੇ ਉੱਤਰ ਕਾਫੀ ਨਿਗਾਹਾਂ ਨੇ, ਤੁਹਾਡੇ ਜ਼ਹਿਨ ਵਿੱਚ ਕੀ ਚੱਲ ਰਿਹਾ? ਦੇਖਿਏ, ਮੇਰੇ ਜ਼ਹਿਨ 'ਚ ਜਿਹੜਾ ਖਿਡਾਰੀ ਮੈਨੂੰ ਦੇਖਣ ਨੂੰ ਮਿਲਦਾ ਪਿਆ, ਉਹ ਪੈਟ ਕਮਿੰਸ ਹੈਗਾ ਜੀ। ਹੁਣੀ ਤਾਜ਼ਾ ਤਾਜ਼ਾ ਵਰਲਡ ਕੱਪ ਜਿੱਤ ਕੇ ਗਿਆ ਹੈ ਔਰ ਉਹ ਆਸਟ੍ਰੇਲੀਆ ਟੀਮ ਦੀ ਕਪਤਾਨੀ ਵੀ ਕਰਦਾ ਹੈ। ਹੁਣ ਜੀ ਕਈ ਫ੍ਰੈਂਚਾਈਜ਼ੀਆਂ ਹੈਗੀਆਂ ਕਿ ਜਿਹੜੇ ਨਾ ਕਪਤਾਨ ਵੀ ਲੱਭਦੇ ਪਏ ਨੇ ਕਿ ਸਾਨੂੰ ਇੱਕ ਜੀ ਕਪਤਾਨ ਵੀ ਚੰਗਾ ਮਿਲ ਜਾਏ। ਔਰ ਪੈਟ ਕਮਿੰਸ ਕੀ ਹੈ, ਬਹੁਤ ਸਿਆਣਾ ਗੇਂਦਬਾਜ਼ ਹੈ, ਬੱਲੇਬਾਜ਼ੀ ਬਹੁਤ ਸੋਹਣੀ ਕਰਦਾ ਹੈ, ਕਪਤਾਨੀ ਉਹਨੂੰ ਕਰਨੀ ਆਉਂਦੀ ਹੈ। ਔਰ ਜੀ ਕ੍ਰੂਸ਼ਲ ਟਾਈਮ ਦੇ ਉੱਤੇ ਆ ਗਿਆ, ਜਦੋਂ ਟੀਮਾਂ ਫਸੀਆਂ ਹੁੰਦੀਆਂ, ਹਾਰੇ ਹੋਏ ਮੈਚ ਨੂੰ ਜਿਤਣਾ ਕਿੱਦਾਂ, ਜਿੱਦਾਂ ਕਹਿੰਦਾ ਬਾਜ਼ੀ ਕਿੱਦਾਂ ਪਲਟਣੀ, ਉਹਨੂੰ ਬੜੀ ਸੋਹਣੀ ਤਰ੍ਹਾਂ ਪਤਾ। ਫਿਰ ਉਹਦੇ ਜੀ ਪਿੱਛੇ ਪਿੱਛੇ ਇੱਕ ਹੋਰ ਦੂਸਰਾ ਉਹਦਾ ਆਸਟ੍ਰੇਲੀਆ ਖਿਡਾਰੀ ਹੈ, ਮਿਸ਼ਲ ਸਟਾਰਕ ਹੈਗਾ, ਮਿਸ਼ੇਲ ਸਟਾਰਕ, ਟ੍ਰੈਵਿਸ ਹੈਡ, ਜਿਹੜੇ ਕਿ ਇਹ ਐਤ ਕੀ ਬੜੇ ਉਭਰ ਕੇ ਨਾਮ ਆਏ ਬਾਹਰ, ਤੇ ਇਹਨਾਂ ਪਿੱਛੇ ਕਈ ਟੀਮਾਂ ਜ਼ਰੂਰ ਜਾਣਗੀਆਂ। 3-4 ਨਾਮ ਹੈਗੇ ਆ। ਰਵੀਚੰਦਨ, ਰਵਿੰਦਰ ਨੇ ਬਹੁਤ ਸੋਹਣਾ ਇਸ ਸਾਲ ਪ੍ਰਦਰਸ਼ਨ ਕੀਤਾ, ਬਟ ਮੇਨ ਗੱਲ ਉਹੀ ਆਉਂਦੀ ਹੈ ਨਾ, ਜਦੋਂ ਅਸੀਂ ਟੀਮਾਂ ਪਿਕ ਕਰਦੇ, ਜਦੋਂ ਅਸੀਂ ਬਹਿਨੇ ਟੇਬਲ ਦੇ ਉੱਤੇ, ਕਿ ਖਿਡਾਣੇ ਤਾਂ ਅਸੀਂ 4 ਹੀ ਖਿਡਾਰੀ ਹੈ ਵਿਦੇਸ਼ੀ, ਹੁਣ ਬਿਲਕੁਲ ਉਹਨਾਂ ਦੇ ਵਿੱਚ ਆਲਰੇਡੀ ਟੀਮਾਂ ਕੋਲ ਪਲੇਅਰ ਆਲਰੇਡੀ ਬੈਠੇ ਹੋਏ ਨੇ। ਹੁਣ ਅਸੀਂ ਅਗਰ ਇਹਨੂੰ ਖਿਡਾਣੇ ਬੈਟਸਮੈਨ ਪਿਕ ਕਰਦੇ ਹਾਂ, ਖਾਸ ਕਰ ਅਸੀਂ ਓਪਨਰ ਪਿਕ ਕਰਦੇ ਹਾਂ, ਤੇ ਫਿਰ ਅਸੀਂ ਵੇਖਦੇ ਹਾਂ ਅਸੀਂ ਇਹ ਸਾਡੀ ਕੀ ਸਕੀਮ ਆਫ ਥਿੰਗਸ 'ਚ ਬਹਿੰਦਾ, ਕਿ ਪਹਿਲੀ ਪਲੇਇੰਗ 11 'ਚ ਆਉਂਦਾ ਕਿ ਨਹੀਂ ਆਉਂਦਾ। ਜੇ ਮੈਂ ਆਪਣੀ ਪੰਜਾਬ ਦੀ ਟੀਮ ਦੀ ਗੱਲ ਕਰਾਂ, ਤੇ ਜੌਨੀ ਬੈਸਟ ਹੋ ਰਹਾ, ਉਹ ਫਿੱਟ ਹੋ ਗਿਆ ਭਾਜੀ, ਪਿਛਲੇ ਬਿਲਕੁਲ ਸਾਲ ਉਹ ਹੈ ਨਹੀਂ, ਹੁਣ ਉਹ ਫਿੱਟ ਹੋ ਗਿਆ। ਲੇਕਿਨ ਸੈਮ ਕਰਨ ਵੀ ਤੁਹਾਡੇ ਕੋਲ ਜਿਹੜਾ ਸਭ ਤੋਂ ਮਹਿੰਗਾ ਖਿਡਾਰੀ ਖੜਾਇਆ, ਲਿੰਗ ਸਾਢੇ ਫਰੋਮ ਅਠਾਰਾਂ ਤੁਹਾਡੇ ਵਾਸਤੇ ਕਰੋੜ ਉਹ ਨੋਟ ਪ੍ਰਦਰਸ਼ਨ ਵਰਤੇ ਕਰਦਾ ਸੀਗੇ ਹੈ। ਭਾਜੀ, ਸੈਮ ਕਰਨ ਦੇ ਬਹੁਤ ਨੋਟ ਦੀ, ਨੋਟਾਂ ਦੀ ਬਾਰਿਸ਼ ਹੋਈ ਸੀਗੀ, ਸਾਢੇ 18 ਕਰੋੜ ਮੈਂ ਵੀ ਕਹਿ ਰਿਹਾ ਕਿ ਸਾਰਾ ਮੀ ਉਹੀ ਲੈ ਗਿਆ, ਉਹ ਹੀ ਲੈ ਗਿਆ। ਬਾਕੀ ਮੀ ਕਹਿ ਨਹੀਂ, ਮੀ ਉਹਦੇ ਵਾਲੀ ਪਿਆ, ਇਕੱਲੇ ਹੋਰ ਪਿਆ, ਤੇ ਉਹ ਆ ਜਾਂਦਾ ਤੁਹਾਡੇ। ਫਿਰ ਰਬਾਡਾ ਤੁਹਾਡੇ ਕੋਲ ਹੈਗਾ, ਪੰਜਾਬ ਦੀ ਗੱਲ ਕਰੀਏ, ਤੇ ਕਈ ਜੀ ਟੀਮਾਂ ਐਸੀ ਹੈਗੀਆਂ ਕਿ 4-5 ਖਿਡਾਰੀ ਆਲਰੇਡੀ ਵਿਦੇਸ਼ੀ, ਜਿਹੜੇ ਕਿ ਜੀ ਬੜੇ ਮਹਿੰਗੇ ਖਰੀਦੇ ਔਰ ਟੀਮਾਂ 'ਚ ਖੇਡਦੇ, ਉਹਦੇ ਵਿੱਚ ਤੁਸੀਂ ਫਸਾਣਾ ਕਿਦੋਂ ਹੈ? ਟੀਮ ਕਿੱਥੇ ਖੇਡੇਗਾ? ਉਹ ਐਕਚੁਅਲੀ ਟੇਬਲ ਦੇ ਬਹਿ ਕੇ ਲੜਾਈ ਸ਼ੁਰੂ ਹੁੰਦੀ ਹੈ। ਦੇਖੋ ਗੱਲ, ਮੈਂ ਇਸ ਕਰਕੇ ਵੀ ਮੇਰੇ ਜ਼ਹਿਨ 'ਚ ਇੱਕ ਭਾਜੀ ਸਵਾਲ ਇਹ ਵੀ ਆਉਂਦਾ ਕਿ ਜਦੋਂ ਟ੍ਰੇਡ ਡੀਲ ਹੋਈ ਹੈ ਆਪਣਾ, ਹਾਰਦਿਕ ਪਾਂਡਿਆ ਹੁਣ ਚਲੇ ਗਏ ਜੀ ਬੰਬੇ, ਹਾਰਦਿਕ ਪਾਂਡਿਆ ਜਾਣ ਤੋਂ ਬਾਅਦ ਕਿਉਂਕਿ ਕੈਪਟਨ ਗਿਆ ਟੀਮ ਦਾ, ਤੇ ਇੱਕ ਐਜਾ ਖਿਲਾੜੀ ਬਿਲਕੁਲ ਜਿਹੜਾ ਆਲਰਾਊਂਡਰ ਹੈ, ਤੇ ਗੁਜਰਾਤ ਦੀ ਟੀਮ 'ਚ ਵੀ ਤੁਹਾਨੂੰ ਨਜ਼ਰਾਂ ਤਾਂ ਹੋਣਗੀਆਂ ਨਾ ਆਪਣਾ, ਕਿ ਕਿਹੜਾ ਪਲੇਅਰ ਉਹ ਲੈਣਗੇ, ਕਿਹੜੀ ਸਕੀਮ 'ਚ ਫਿੱਟ ਕਰਨਗੇ, ਉਹ ਜਿਹੜੀ ਪਰਸ ਜਦੋਂ ਖੁੱਲਣਾ ਹੈ, ਉਹ ਨੋਟਾਂ ਦੀ ਵਰਖਾ ਕੀ ਲੱਗਦਾ ਕਿ ਗੁਜਰਾਤ ਟੀਮ ਦੇ ਜ਼ਹਿਨ 'ਚ ਕੀ ਚੱਲ ਰਿਹਾ ਹੋਣਾ? ਦੇਖਿਏ ਜੀ, ਸ਼ੁਭਮਨ ਗਿੱਲ ਤੇ ਦੇਖੋ, ਪੰਜਾਬ ਦਾ ਮੁੰਡਾ, ਉੱਤੇ ਉਹਦੇ ਵਾਸਤੇ ਬੜੀ ਚੰਗੀ ਗੱਲ ਹੈ ਕਿ ਉਹਨੂੰ ਕਪਤਾਨੀ ਉਹਨਾਂ ਨੇ ਸੌਂਪੀ ਹੈ, ਕਿਉਂਕਿ ਉਹ ਬਿਲਕੁਲ ਦੇਖ ਰਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਤਿੰਨੋਂ ਫਾਰਮੈਟ ਖੇਡ ਰਿਹਾ ਭਾਰਤ ਵਾਸਤੇ, ਤੇ ਭਾਰਤ ਦੀ ਕਪਤਾਨੀ ਵੀ ਕਰ ਸਕਦਾ ਆਉਣ ਵਾਲੇ ਸਮੇਂ, ਤੇ ਉਹਨੂੰ ਦਿੱਤਾ। ਤੇ ਬੜੀ ਜਿਹੜੀ ਮੈਂ ਪੈਟ ਕਮਿੰਸ ਦੀ ਗੱਲ ਕਹੀ ਸੀ ਨਾ, ਕਿਉਂਕਿ ਜੀ ਹਾਰਦਿਕ ਪਾਂਡਿਆ ਇੱਕ ਆਲਰਾਊਂਡਰ ਸੀ, ਬਹੁਤ ਗੇਂਦਬਾਜ਼ ਬੱਲੇਬਾਜ਼ੀ ਕਰਦਾ ਸੀ, ਤੇ ਉਹਦੀ ਜਗ੍ਹਾ ਉਦਾਂ ਦਾ ਹੀ ਪਲੇਅਰ ਤੁਹਾਨੂੰ ਪਿਕ ਕਰਨਾ ਪੈਣਾ।
ਤੇ ਇਹ ਬਹੁਤ ਸੋਹਣੀ ਆਪਸ਼ਨ ਹੈਗੀ ਹੈ ਪੈਟ ਕਮਿੰਸ, ਔਰ ਗੁਜਰਾਤ ਉਹਨਾਂ ਵਾਸਤੇ ਜ਼ਰੂਰ ਜਾਏਗੀ, ਕਿਉਂ ਕਿਉਂਕਿ ਰਸ਼ਿਦ ਖਾਨ ਤੇ ਇੱਕ ਉਹਨਾਂ ਵੱਲ ਹੋਰ ਅਫਗਾਨਿਸਤਾਨ ਦੇ ਲੈਫਟ ਆਰਮ ਸਪਿਨਰ ਹੈ, ਦੋ ਉਹਨਾਂ ਵੱਲ ਖੇਡਦੇ, ਡੇਵਿਡ ਮਿਲਰ ਤੀਸਰਾ ਖੇਲਦਾ, ਚੌਥਾ ਜਿਹੜਾ ਉਹਨਾਂ ਦਾ ਵਿਦੇਸ਼ੀ ਖੇਲਦਾ ਨਾ, ਉਹਦੇ ਚ ਕਿਤੇ ਨਾ ਕਿਤੇ ਉਹਨਾਂ ਦੀ ਥੋੜੀ ਜਿਹੀ ਨਾ ਆਪਸ ਚ ਲੜਾਈ ਰਹਿੰਦੀ ਸੀ, ਕਦੀ ਉਹ ਵੈਸਟ ਇੰਡੀਜ਼ ਦੇ ਫਾਸਟ ਬੋਲਰ ਨੂੰ ਖੜਾਉਂਦੇ ਗਏ ਸੀ, ਫਿਰ ਉਹ ਕਦੀ ਲੈਫਟੀ ਫਾਸਟ ਬੋਲਰ ਲੈ ਕੇ ਆਉਂਦੇ ਸੀ ਆਇਰਲੈਂਡ ਦਾ, ਉਹਨੂੰ ਖੜਾਉਂਦੇ ਸੀ, ਤੇ ਉਹ ਉਹਨੇ ਪੱਕੇ ਨਹੀਂ ਸੀ, ਲੇਕਿਨ ਪੈਟ ਕਮਿੰਸ ਆਏਗਾ ਤੇ ਚੌਥਾ ਵਿਦੇਸ਼ੀ ਖਿਲਾਰੀ ਉਹਨਾਂ ਦੀ ਟੀਮ ਚ ਬਹੁਤ ਸੋਹਣੀ ਤਰ੍ਹਾਂ ਫੱਬਦਾ ਹੈਗਾ, ਤੇ ਉਹ ਬਿਲਕੁਲ ਗੱਲ ਗੁਜਰਾਤ ਜ਼ਰੂਰ ਪੈਟ ਕਮਿੰਸ ਪਿੱਛੇ ਦੌੜਨਗੇ ਜ਼ਰੂਰ, ਕਿਉਂਕਿ ਇੱਕ ਤੇਜ਼ ਗੇਂਦਬਾਜ਼ ਉਹਨਾਂ ਨੂੰ ਜ਼ਰੂਰ ਚਾਹੀਦਾ, ਕਿਉਂਕਿ ਸ਼ਮੀ ਦੇ ਨਾਲ ਕੋਈ ਤੇ ਬੰਦਾ ਚਾਹੀਦਾ ਕਿ ਥੋੜਾ ਜਿਹਾ ਸਹਾਰਾ ਦੇਵੇ ਸ਼ਮੀ ਨੂੰ ਵੀ। ਸਾਰਾ ਦਵੇ, ਬਿਲਕੁਲ ਸਹੀ ਗੱਲ ਹੈ। ਔਰ ਕੈਪਟਨ ਤੁਸੀਂ ਗੱਲ ਕੀਤੀ, ਵਾਕਈ ਦੇਖੋ ਐਜ ਜਿਹਾ ਇੱਕ ਖਿਡਾਰੀ ਪੈਟ ਕਮਿੰਸ ਨੂੰ ਆਪਾਂ ਇੱਕ ਨਾਰਮਲ ਇੱਕ ਟੀਮ ਚ ਬੋਲਰ ਦੀ ਦੇਖਦੇ ਸੀਗੇ, ਉਹਦਾ ਰੋਲ ਉਹਦਾ ਐਜ ਏ ਥੱਲੇ ਆ ਕੇ 7ਵੇਂ 8ਵੇਂ ਨੰਬਰ ਤੇ ਆ ਕੇ 25-30-40 ਰਨ ਬਣਾਉਂਦਾ ਸੀ, ਐਜ ਜਿਹਾ ਕੈਪਟਨ ਹੋਏਗਾ ਸਭ ਹੀ ਦੇ ਸੋਚਿਆ ਨਹੀਂ ਸੀ, ਵਾਕਈ ਵੱਡੀ ਗੱਲ ਹੈ। ਦੂਜੀ ਗੱਲ ਭਾਜੀ ਇੱਕ ਹੋਰ ਹੈ, ਅਨਕੈਪਡ ਪਲੇਅਰਾਂ ਨੂੰ ਲੈ ਕੇ ਵੀ ਅਸੀਂ ਬੜਾ ਰਹਿੰਦੇ ਹਾਂ, ਉਹ ਜਿਹੜੀ ਮੀਂਹ ਦੀ ਨੋਟਾਂ ਦੀ ਵਰਖਾ ਹੈ ਨਾ, ਉਹ ਜਿਹੜੀ ਵਰਨੇ ਨੇ, ਉਹ ਅਨਕੈਪਡ ਪਲੇਅਰ ਸਾਨੂੰ ਹਮੇਸ਼ਾ ਚੁਕਾਉਂਦੇ ਰਹਿੰਦੇ ਨੇ। ਐਤਕੀ ਅਨਕੈਪਡ ਪਲੇਅਰ ਦੀ ਗੱਲ ਕਰੀਏ, ਭਾਵੇਂ ਜੇ ਆਪਾਂ ਦੇਖੀਏ ਸਰਫਰਾਜ਼ ਦਾ ਭਰਾ ਵੀ ਹੈਗਾ, ਅਸ਼ੀਨ ਵੀ ਹੈਗਾ, ਔਰ ਮਨਨ ਵੋਰਾ ਆਪਣਾ ਚੰਡੀਗੜ੍ਹ ਦਾ ਮੁੰਡਾ ਪੰਜਾਬ ਦੀ ਆਪਾਂ ਗੱਲ ਕਰੀਏ, ਹੋਰ ਵੀ ਕਈ ਅਨਕੈਪਡ ਪਲੇਅਰ ਨੇ, ਔਰ ਕੀ ਲੱਗਦਾ ਕਿ ਅਨਕੈਪਡ ਪਲੇਅਰ ਨੂੰ ਲੈ ਕੇ ਵੀ ਬੜੀ ਐਕਸਾਈਟਮੈਂਟ ਹੁੰਦੀ ਹੈ ਟੀਮਾਂ ਚ? ਨਹੀਂ ਬਿਲਕੁਲ ਹੁੰਦੀ ਹੈ, ਬਟ ਫਿਰ ਉਹੀ ਮੈਂ ਗੱਲ ਕਰਨਾ ਕਿ ਤੁਸੀਂ ਉਹਨਾਂ ਨੂੰ ਖੜਾਉਣਾ ਚਾਹੁੰਦੇ ਹੋ ਜਾਂ ਸਿਰਫ ਬਾਹਰ ਬਿਠਾਉਣਾ ਚਾਹੁੰਦੇ ਹੋ। ਕਈ ਟੀਮਾਂ ਹੁੰਦੀਆਂ ਕਿ ਨਾ ਅਨਕੈਪ ਪਲੇਅਰ ਜਿਹੜੇ ਅੰਡਰ 19 ਦੇ ਵਿੱਚ ਹੋਏ ਜਾਂ ਘਰੇਲੂ ਕ੍ਰਿਕਟ ਜਿਹੜੀ ਸੈਯਦ ਮੁਸ਼ਤਾਕ ਹੁੰਦੀ ਹੈ ਉਹ ਚ ਬੜਾ ਸੋਹਣਾ ਪਰਫੋਰਮ ਕਰਦੇ ਨੇ, ਬਟ ਜਦੋਂ ਖਿਲਾਉਣ ਦੀ ਵਾਰੀ ਆਉਂਦੀ ਹੈ ਉਹ ਪੂਰਾ ਸੀਜ਼ਨ ਬਾਹਰ ਹੀ ਬੈਠੇ ਰਹਿੰਦੇ ਆ, ਫਿਰ ਅਗਲੇ ਸੀਜ਼ਨ ਦੇਖਦੇ ਆ ਉਹ ਫਿਰ ਬਾਹਰ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਰਿਲੀਜ਼ ਕਰ ਦਿੰਦੇ ਹੋ। ਉਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ, ਅਗਰ ਤੁਸੀਂ ਕਿਸੇ ਅਨਕੈਪ ਪਲੇਅਰ ਨੂੰ ਚੱਕਦੇ ਪਏ ਹੋ ਤਾਂ ਉਹਨੂੰ ਫਿਰ 2 ਸਾਲ ਟੀਮ ਨਾਲ ਰੱਖੋ, ਫਿਰ ਉਹਨੂੰ ਤਿਆਰ ਕਰੋ, ਕਿਉਂਕਿ ਅਗਰ ਉੱਥੇ ਪੈਸਾ ਸੁੱਟ ਹੀ ਰਹੇ ਉਹਨੂੰ ਖਰੀਦ ਹੀ ਰਹੇ ਹੋ, ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਹੀਂ ਯਾਰ ਇਹ ਆਉਣ ਵਾਲਾ ਸਮੇਂ ਸਾਨੂੰ ਜਿਤਾ ਸਕਦਾ, ਤੇ ਉਹ ਚੀਜ਼ਾਂ ਉਹਦੀ ਅੱਖ ਪਰਖ ਜਿਹੜੀ ਮੈਂ ਹਮੇਸ਼ਾ ਗੱਲ ਕਰਦਾ ਉਹ ਬਹੁਤ ਜ਼ਰੂਰੀ ਹੈ, ਤੁਹਾਡੇ ਕੋਲ ਪਰਖ ਹੋਣੀ ਚਾਹੀਦੀ ਹੈ ਕਿ ਵੀ ਆਹ ਅਨਕੈਪ ਪਲੇਅਰ ਹੈਗੇ ਆ ਇਹ ਅਸੀਂ ਚੁੱਕਣੇ ਹੈਗੇ ਆ। ਪਰ ਕਈ ਕਈ ਐਸੇ ਵੀ ਖਿਡਾਰੀ ਹੁੰਦੇ ਆ ਜੀ ਕਿ ਜਿਹੜੇ ਕਿ ਸ਼ਾਇਦ ਘਰੇਲੂ ਕ੍ਰਿਕਟ ਨਹੀਂ ਖੇਡ ਰਹੇ ਹੁੰਦੇ, ਰਣਜੀ ਟਰਾਫੀ ਦੀ ਗੱਲ ਕਰਾਂ ਉਹ 11 ਚ ਨਹੀਂ ਖੇਡ ਰਹੇ ਹੁੰਦੇ, ਬਾਹਰ ਬੈਠੇ ਹੁੰਦੇ ਆ, ਜਿੱਦਾਂ ਲਾਸਟ ਈਅਰ KKR ਨੇ ਸੂਯਸ਼ ਲਿਖਿਆ ਲੈ ਕੇ ਆਉਂਦਾ ਸੀ ਮੁੰਡਾ ਲੈਗ ਸਪਿਨਰ, ਤੇ ਉਹ ਚ ਆਉਂਦੇ ਹੀ ਸਾਰੇ ਹਿੱਲ ਗਈਆਂ ਟੀਮਾਂ ਕਿ ਵੀ ਇਹ ਕਿੱਥੋਂ ਗੇਂਦਬਾਜ਼ ਲਿਆਉਂਦਾ, ਇਹ ਤਾਂ ਘਰੇਲੂ ਕ੍ਰਿਕਟ 'ਚ ਦੇਖਿਆ ਨਹੀਂ, ਤੇ ਕਿਤੇ ਨਾ ਕਿਤੇ ਡੋਮੈਸਟਿਕ ਐਸੇ ਪਲੇਅਰ ਵੀ ਉੱਭਰ ਕੇ ਆਉਂਦੇ ਅੱਜ ਕੱਲ੍ਹ ਬਾਹਰ, ਜ਼ਰੂਰੀ ਨਹੀਂ ਕਿ ਜਿਹੜੇ ਖੇਡ ਰਹੇ ਹੀ, ਜਿਹੜੇ ਬਾਹਰ ਬੈਠੇ ਹੁੰਦੇ ਕਦੀ ਕਦੀ ਉਹ ਖੇਡਣ ਵਾਲਿਆਂ ਨੂੰ ਜ਼ਿਆਦਾ ਚੰਗੇ ਪਲੇਅਰ ਨਿਕਲ ਆਉਂਦੇ ਨੇ, ਉਹਨਾਂ ਦੇ ਵੀ ਨਜ਼ਰ। ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਨੋਟ ਤਾਂ ਤੁਸੀਂ ਦੇ ਦਿੰਦੇ ਹੋ, ਜੇ ਖਿਡਾਉਣ ਦਾ ਵੀ ਪਤਾ ਲੱਗੇ ਬੱਚਿਆਂ ਨੂੰ ਕਿ ਤੁਸੀਂ ਰਿਲੀਜ਼ ਜਦੋਂ ਕਰਦੇ ਹੋ। ਇਹ ਗੁਜਰਾਤ ਦੀ ਗੱਲ ਚੱਲੀ ਸੀ, ਇੱਕ ਜ਼ਹਿਨ ਆ ਗਈ, ਮੈਂ ਹੁਣੇ ਕੁਝ ਦਿਨ ਪਹਿਲਾਂ ਗੁਜਰਾਤ ਦੇ ਜਿਹੜੇ CEO ਉਹਨਾਂ ਦਾ ਇੰਟਰਵਿਊ ਕੀਤਾ ਸੀ, ਔਰ ਇੱਕ ਖੁਲਾਸਾ ਵੀ ਕੀਤਾ ਸੀ ਉਹਨਾਂ ਨੇ ਕਿ ਮੁਹੰਮਦ ਸ਼ਮੀ ਨੂੰ ਵੀ ਟ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਔਰ ਉਹ ਸਾਡੀ ਜਿਹੜੀ ਖਬਰ ਹੈ ਨਿਊਜ਼ 18 ਦੀ ਬੜਾ ਇੱਕ ਮਤਲਬ ਚੱਲੀ ਸੀ, ਔਰ ਹੈਰਾਨੀ ਦੀ ਗੱਲ ਹੈ ਭਾਜੀ, ਮਤਲਬ ਇਹ ਤਾਂ ਬਿਲਕੁਲ ਇੱਕ ਸਿਸਟਮ ਪਰਫਾਰਮਾ ਬਣਿਆ ਹੋਇਆ ਕਿ ਤੁਸੀਂ ਇੰਟਰਸਟ ਸ਼ੋ ਕਰਨਾ ਹੈ, ਫਾਰਮ ਭਰਨਾ ਹੈ BCCI ਦੇ ਥਰੂ, ਸਾਰਾ ਕੁਝ ਹੋਣਾ, ਇਹ ਦੇਸੀ ਕੰਮ ਨਹੀਂ ਹੋ ਗਿਆ ਭਾਜੀ। ਸਰਨ ਭਾਜੀ ਮੁੰਡਾ ਹੈ ਦੇਖ ਲਿਓ ਜਿੱਦਾਂ ਆਪਣੇ ਚੱਲਦਾ ਹੁੰਦਾ। ਨਹੀਂ ਦੇਖੋ ਇੱਕ ਨਾ ਵਿੰਡੋ ਇੱਕ ਆਪਸ਼ਨ ਜ਼ਰੂਰ ਦਿੰਦੇ ਟ੍ਰੇਡਿੰਗ ਦੀ ਕਿ ਹਾਂ ਵੀ ਜਿਹੜੇ ਛੱਡਣੇ ਛੱਡ ਦਿਓ ਕਿ ਆਕਸ਼ਨ ਜਿਹੜੇ ਲੈਣੇ, ਤਾਂ ਫਿਰ ਉਹ ਕਿਤੇ ਨਾ ਕਿਤੇ ਹੁੰਦੀ, ਜਿੱਦਾਂ ਕੈਮਰਨ ਗ੍ਰੀਨ ਸੀ, ਹੁਣ ਮੁੰਬਈ ਇੰਡੀਅਨਸ ਵੱਲੋਂ ਦੇਖੋ ਤਾਂ ਉਹਨੇ ਬੜਾ ਸੋਹਣਾ ਪਰਫਾਰਮ ਕੀਤਾ, 100 ਵੀ ਬਣਾਇਆ, ਬੋਲਿੰਗ ਵੀ ਪਾਉਂਦਾ, ਲੇਕਿਨ ਉਹ ਫਿਰ ਉੱਧਰ ਚਲੇ ਗਿਆ, ਉਹ RCB ਨਾਲ ਟ੍ਰੇਡ ਹੋ ਗਿਆ, ਵੀ ਉਹ ਕੀ ਸੋਚ ਰਹੇ ਗੀ MI ਦੀ ਉਹਦੇ ਪਿੱਛੇ। ਫਿਰ ਹਾਰਦਿਕ ਪਾਂਡਿਆ ਜੀ ਗੁਜਰਾਤ ਛੱਡ ਗਏ, ਹਾਲਾਂਕਿ ਦੇਖਿਆ ਜਾਏ ਗੁਜਰਾਤ ਨੇ ਇੰਨਾ ਸੋਹਣਾ ਪਰਫਾਰਮ ਕੀਤਾ, ਵੀ ਇੱਕ ਪਹਿਲੇ ਸਾਲ ਆਇਆ ਤੁਸੀਂ ਜਿੱਤ ਗਏ ਹੋ, ਦੂਜੇ ਸਾਲ ਤੁਸੀਂ ਫਾਈਨਲ ਖੇਡਦੇ ਪਿਓ, ਟੀਮ ਤੁਹਾਡੀ ਬਣੀ ਬਣਾਈ ਹੈ, ਕੁਝ ਐਸਾ ਉੱਪਰ ਨੀਚੇ ਕਰਨ ਦੀ ਲੋੜ ਨਹੀਂ ਸੀ ਟੀਮ ਨੂੰ। ਕਈ ਟੀਮਾਂ ਹੁੰਦੀਆਂ ਜਿੱਦਾਂ ਵੱਡੀਆਂ ਟੀਮਾਂ ਕਿੱਦਾਂ ਬਣਦੀਆਂ, ਜੇ ਜ਼ਿਆਦਾ ਛੇੜਖਾਨੇ ਨਹੀਂ ਹੁੰਦੀਆਂ, ਚੇਨਈ ਹੋ ਗਈ, ਮੁੰਬਈ ਇੰਡੀਅਨਸ ਹੋ ਗਈ, ਜਿਹੜੇ ਇੰਨੇ ਸਾਲ ਤੋਂ ਜਿੱਤਦੀ ਆ ਰਹੀਆਂ, ਤੇ ਉਹ ਇੱਕ ਐਸਾ ਜੇ ਥੋੜਾ ਵਿੱਚ ਕਿਤੇ ਨਾ ਆਪਸ 'ਚ ਗੱਲਾਂ ਹੁੰਦੀਆਂ ਕਿ ਹਾਂ ਵੀ ਦੇਖ ਲਓ ਸਾਨੂੰ ਉਹ ਪਲੇਅਰ ਚਾਹੀਦਾ, ਤਾਂ ਤੁਸੀਂ ਹੈਗਾ ਮੂਡ ਤੁਹਾਡਾ ਛੱਡਣ ਦਾ ਬਾਈ ਜੀ, ਉਹ ਕਹਿੰਦੇ ਹਾਂਜੀ ਤੁਸੀਂ ਫੋਨ ਕੀਤਾ, ਚਲੋ ਅਸੀਂ ਦੇ ਹੀ ਦਿੰਦੇ ਹਾਂ ਤੁਹਾਨੂੰ, ਪਰ ਬਾਜੀ ਉਹੀ ਫੋਨ ਗੱਲ ਹੈ। ਖਬਰ ਉਹੀ ਸੀ ਕਿ ਫੋਨ ਕੀਤਾ ਗਲਤ ਪਾਸੇ, ਉਹ ਚੈਨਲ ਗਲਤ ਚੈਨਲ ਸੀਗਾ ਨਾ, ਉਹ ਕਰਨਾ ਸੀ ਮੈਨੇਜਮੈਂਟ ਨੂੰ, ਕਰ ਕਿਸੇ ਹੋਰ ਨੂੰ ਪੈ ਗਏ।
ਨਹੀਂ ਸਿਗਨਲ ਅੱਜ ਕੱਲ੍ਹ ਏਦਾਂ ਹੀ ਹੈ ਜੀ, ਕਰਨਾ ਕਿਤੇ ਹੁੰਦਾ, ਲੈ ਕਿਤੇ ਹੁੰਦਾ, ਫਿਰ ਉਹ ਜਾਂਦਾ। ਜਿੱਥੇ ਗੱਲ ਹੁੰਦੀ ਕਹਿੰਦੇ ਚਲੋ ਜੀ ਤੁਹਾਡੇ ਨਾਲ ਹੀ ਗੱਲ ਚੱਲ ਲੈਂਦੇ ਹਾਂ। ਤੁਸੀਂ ਗੱਲ ਬੜੀ ਇੱਕ ਜੈਨੂਨ ਕੀਤੀ ਬਾਜੀ ਕਿ ਜਿੱਦਾਂ ਮੈਂ ਹਰਸ਼ਲ ਪਟੇਲ ਦਾ ਦੇਖ ਰਿਹਾ ਸੀ, 91 ਮੈਚਿਸ ਖੇਲੇ, 111 ਵਿਕਟ ਨੇ, ਔਰ ਆਰਸੀਬੀ ਦਾ ਇੱਕ ਮੇਨ ਬੋਲਰ ਰਹੇ ਨੇ, ਔਰ ਰਿਲੀਜ਼ ਕਰਦੇ, ਕੀ ਲੱਗਦਾ ਕਿ ਟੀਮ ਚੌ ਮੁੱਕ ਜਾਂਦਾ, ਜੇ ਆਪਾਂ ਪੰਜਾਬੀ ਕਹਿੰਦੇ ਚੌ ਮੁੱਕ ਗਿਆ ਹੁਣ ਦੇਖੀਏ, ਏਦਾਂ ਦੀ ਵੀ ਕੋਈ ਫੀਲਿੰਗ ਹੁੰਦੀ ਹੈ, ਜਾਂ ਟੀਮ ਦੇਖਦੇ ਕਿ ਠੀਕ ਹੈ ਹੁਣ ਨਵੇਂ ਕੋਈ ਲਈ ਆਪਾਂ ਬੋਲਰ ਕੋਈ ਯੰਗਸਟਰ ਮੁੰਡਾ ਕਰੀਏ, ਕਿਉਂਕਿ ਹਰਸ਼ਲ ਪਟੇਲ ਨੂੰ ਆਪਾਂ ਆਰਸੀਬੀ ਦੇ ਨਾਲ ਇੱਕ ਐ ਦੇਖਿਆ ਵੀ ਇੱਕ ਪਾਰਟ ਉਹਦਾ ਹਮੇਸ਼ਾ ਰਿਹਾ, ਹੁਣ ਰਿਲੀਜ਼ ਵੀ ਕਰਤਾ ਸੀ ਆਰਸੀਬੀ ਨੇ। ਨਹੀਂ ਕਿਉਂਕਿ ਭਾਜੀ ਇਹਦੇ ਚ ਨਾ ਤੁਹਾਨੂੰ ਛੋਟੀ ਚੀਜ਼ ਦੱਸਦਾ ਕੀ ਹੁੰਦਾ ਕਿ ਹਰਸ਼ਲ ਪਟੇਲ ਜਿੱਦਾਂ ਦੀ ਗੇਂਦਬਾਜ਼ੀ ਕਰਦੇ ਨਾ ਉਹ ਸੀਮ ਤੇ ਸੁੱਟਦੇ ਨਹੀਂ ਤੇਜ਼ ਤੇ, ਉਹ ਸਾਰੇ ਸਲੋ ਬੋਲਾਂ ਸੁੱਟਦੇ, ਭੱਜ ਗਿਆ ਉਸ ਵੀ ਬੜਦੇ, ਤੇ ਹਾਂ ਜਿੱਦਾਂ ਦਾ ਵਿਕਟ ਹੈਗਾ ਬੈਂਗਲੋਰ ਦਾ ਉਹ ਹੈਗਾ ਬੈਟਿੰਗ ਪੈਰਾਡਾਈਜ਼, ਉੱਥੇ ਬੜੇ ਵੱਡੇ ਵੱਡੇ ਰਨ ਬਣਦੇ, ਉਹ ਵਿਕਟਾਂ ਬਣਦੀਆਂ ਹੈਗੀਆਂ ਵਿਰਾਟ ਕੋਹਲੀ ਵਾਸਤੇ ਬਣਦੀਆਂ ਵਿਕਟਾਂ, ਉਹ ਵਿਕਟਾਂ ਬਣਦੀਆਂ ਫੈਬ ਡੁਪਲੇਸੀ ਮੈਕਸਵੈਲ ਵਾਸਤੇ, ਕਿਉਂਕਿ ਉਹ ਬੈਟਿੰਗ ਡੋਮੀਨੇਟ ਟੀਮ ਹੈਗੀ ਹੈ, ਉਹਨਾਂ ਕੋਲ ਉਹ ਗੇਂਦਬਾਜ਼ ਨਹੀਂ ਹੈਗੇ, ਤੇ ਕਿਤੇ ਨਾ ਕਿਤੇ ਹਰਸ਼ਲ ਪਟੇਲ ਨਾ ਉਸ ਸਕੀਮ ਆਫ ਥਿੰਗਸ 'ਚ ਹੁਣ ਫਸਦਾ ਨਹੀਂ ਪਿਆ, ਕਿਉਂਕਿ ਇਹੋ ਜਿਹਾ ਗੇਂਦ ਨਾ ਇੱਕ ਸੀਜ਼ਨ ਉਹਨਾਂ ਨੇ ਚੰਗਾ ਕੀਤਾ, ਫਿਰ ਸਾਰਿਆਂ ਨੇ ਫੜ ਲਿਆ ਕਿ ਯਾਰ ਇਹਦੇ ਭੱਜ ਕੇ ਸਲੋ ਬੋਲਾਂ ਹੀ ਸੁੱਟਦਾ, ਇਹਨੂੰ ਸਪਿਨਰ ਆਫ ਸਪਿਨਰ ਵਗਨ ਖੇਲੋ ਜਿੱਦਾਂ ਖੇਲੀਦਾ, ਫਿਰ ਉਹ ਰਨ ਪੈਣੇ ਸ਼ੁਰੂ ਹੋ ਗਏ ਉਹ ਤਾਂ ਕਰਕੇ, ਔਰ ਜਗ੍ਹਾ ਹੈਗੀ ਹੈ ਕਿ ਜਿਹੜੀ ਬੈਂਗਲੋਰ ਦੀ ਵਿਕਟ ਹੈ ਉਹ ਇੰਨੀ ਅੱਛੀ ਵਿਕਟ, ਉੱਥੇ ਗੇਂਦਬਾਜ਼ ਦਾ ਰਹਿਣਾ ਬੜਾ ਮੁਸ਼ਕਿਲ ਰਹਿੰਦਾ। ਹਰਸ਼ਲ ਪਟੇਲ ਵਾਸਤੇ ਚੰਗਾ ਇਹ ਕੀ ਹੋਇਆ ਆਰਸੀਬੀ ਨੇ ਰਿਲੀਜ਼ ਕੀਤਾ, ਔਰ ਕਿਤੇ ਨਾ ਕਿਤੇ ਚੇਨਈ ਇੱਕ ਐਸੀ ਟੀਮ ਹੈਗੀ ਹੈ ਕਿ ਜਿਨ੍ਹਾਂ ਦੀਆਂ ਵਿਕਟਾਂ ਅਗਰ ਤੁਸੀਂ ਦੇਖੋ ਨਾ ਉਹ ਵਿਕਟਾਂ ਤੇ ਉਹਦੀ ਗੇਂਦਬਾਜ਼ੀ ਬਹੁਤ ਸੂਟ ਕਰਦੀ, ਫੱਬਦੀ ਬਹੁਤ ਹੈਗੀ ਉਹਨੂੰ, ਚੇਨਈ ਮੈਨੂੰ ਜਿੱਤ ਕੇ ਤਾਂ ਲੱਗਦਾ ਕਿ ਹਰਸ਼ਲ ਪਟੇਲ ਵਾਸਤੇ ਆ ਜ਼ਰੂਰ ਜਾਏਗੀ, ਕਿਉਂਕਿ ਉਹਨਾਂ ਨੇ ਆਪਣੇ 2-3 ਪਲੇਅਰ ਜਿਹੜੇ ਤੇਜ਼ ਗੇਂਦਬਾਜ਼ ਹੈ ਉਹ ਉਹਨਾਂ ਨੇ ਰਿਲੀਜ਼ ਕੀਤੇ ਹੈਗੇ ਨੇ, ਜੀ ਉਹ ਜ਼ਰੂਰ ਇੱਕ ਖਿਡਾਰੀ ਨੂੰ ਜ਼ਰੂਰ ਵੇਖਣਗੇ ਇਸ ਸਾਲ। ਇੱਕ ਭਾਜੀ ਆਪਾਂ ਥੋੜਾ ਜਿਹਾ ਨਾ ਰੈਪਿਡ ਫਾਇਰ ਵਾਂਗੂ ਖੇਲ ਲੈਂਦੇ ਹਾਂ, ਸਰਨਦੀਪ ਸਿੰਘ ਜੀ ਹਾਂਜੀ ਕੀ ਸੋਚਦੇ ਨੇ, ਕੱਲ ਜਿਹੜੇ ਨੋਟਾਂ ਦੀ ਵਰਖਾ ਹੋਣੀ ਹੈ, ਇੱਕ ਕੋਈ ਹੈ ਜਾਂ ਜੈਂਚ ਪਲੇਅਰ ਆਂਦਾ ਵੀ ਇਸ ਤੇ ਮੀਂਹ ਪੈ ਜਾਣਾ? ਨਹੀਂ ਬਿਲਕੁਲ ਪੈਣਾ ਜੀ, ਮੈਂ ਪੈਟ ਕਮਿੰਸ ਦਾ ਤੁਹਾਨੂੰ ਪਹਿਲੇ ਕਹਿ ਕੇ ਰੱਖਿਆ, ਉਹਦਾ ਵੀ ਪੈਣਾ ਹੈ, ਤੇ ਜਿਹੜਾ ਰਚਰਨ ਨਿਊਜ਼ੀਲੈਂਡ ਦਾ ਬੈਟਸਮੈਨ ਹੈਗਾ ਸਾਡਾ ਰਵਿੰਦਰ, ਉਹਦੇ ਤੇ ਵੀ ਜ਼ਰੂਰ ਪਏਗਾ, ਕਿਉਂਕਿ ਉਹ ਗੇਂਦਬਾਜ਼ੀ ਨਾਲ ਕਰਦਾ, ਜਿੱਥੇ ਆਲਰਾਊਂਡਰ ਹੁੰਦੇ ਆ ਹਮੇਸ਼ਾ ਆਲਰਾਊਂਡਰ ਬਹੁਤ ਮਹਿੰਗੇ ਜਾਂਦੇ, ਚਾਹੇ ਉਹ ਬੈਨ ਸਟੋਕਸ ਹੋਵੇ, ਚਾਹੇ ਉਹ ਯੁਵਰਾਜ ਸਿੰਘ ਹੋਵੇ, ਚਾਹੇ ਉਹ ਪਿਛਲੇ ਗੱਲ ਸੈਮ ਕਰਨ ਹੋਵੇ, ਦੇਖਿਆ ਜਾਏ ਸਾਡਾ ਅਸੀਂ ਗਲੈਨ ਮੈਕਸਵੈਲ ਦੇਖੀਏ, ਇਹਨਾਂ ਪਲੇਅਰਾਂ ਦੇ ਦਾ ਬਹੁਤ ਮੋਟਾ ਲੱਗਦਾ ਹੈਗਾ, ਸੈਮ ਕਿਉਂਕਿ ਕਰਨ ਦਾ ਤੁਹਾਨੂੰ ਰਿਕਾਰਡ ਬੈਟਿੰਗ ਨਾਲ ਟੁੱਟੇਗਾ ਬਹੁਤ ਭਾਜੀ? ਵਧੀਆ। ਸੈਮ ਕਰਨ ਦਾ ਤੁਹਾਨੂੰ ਲੱਗਦਾ ਸੈਮ ਕਰਨ ਦਾ ਰਿਕਾਰਡ ਟੁੱਟੇਗਾ? ਟੁੱਟਣਾ ਚਾਹੀਦਾ ਤੇ, ਲੇਕਿਨ ਇਹ ਕੀ ਹੈ ਕਿ ਮਿੰਨੀ ਆਪਸ਼ਨ ਹੈਗੀ ਹੈ, ਇਸ ਤੋਂ ਅਗਲੇ ਸਾਲ ਜਿਹੜੀ ਨਾ ਫਿਰ ਟੁੱਟਣਗੇ ਰਿਕਾਰਡ, ਤੇ ਹਾਲੇ ਉਹ ਨਾ ਉਹ ਸਾਡਾ ਉਸ ਹਿਸਾਬ ਨਾਲ ਖਿਲਾਣਗੇ ਕਿ ਅਗਰ 11 ਚ ਖਿਲਾਣਾ ਉਸ ਪਲੇਅਰ ਨੂੰ ਫਿਰ ਉਸ ਪਿੱਛੇ ਜ਼ਰੂਰ ਜਾਓ, ਕਿਉਂਕਿ ਕੀ ਹੁੰਦਾ ਕਿ ਅਗਰ ਸੈਮ ਕਰਨ ਦਾ ਰਿਕਾਰਡ ਤੋੜਨਾ ਜੇ ਤੇ ਫਿਰ ਤੁਸੀਂ ਅਗਲੇ ਸਾਲ ਜਿਹੜੇ 4 ਰਿਟੇਨ ਕਰਨੇ ਹੁੰਦੇ ਉਹਨਾਂ ਚੋਂ ਖਿਡਾਰੀ ਵੀ ਜ਼ਰੂਰ ਰਹਿੰਦਾ ਵੀ ਹੈਗਾ, ਅਗਰ ਉਹ ਸੋਚਣਾ ਜਾਓਗੇ ਤੇ ਜ਼ਰੂਰ ਟੁੱਟਣਾ ਚਾਹੀਦਾ ਜੇ ਰਿਕਾਰਡ, ਲੇਕਿਨ ਮੈਨੂੰ ਲੱਗਦਾ ਨਹੀਂ ਕਈਆਂ ਦੇ ਪਰਸ 'ਚ ਉਨਾ ਪੈਸਾ ਹੈ ਨਹੀਂ ਕਿ ਸੈਮ ਕਰਨ ਨੂੰ ਜਾ ਕੇ ਰਿਕਾਰਡ ਤੋੜ ਸਕਣ। ਭਾਜੀ ਲਿਸਟਾਂ ਬਣ ਚੁੱਕੀਆਂ ਨੇ, ਬੈਲੈਂਸ ਸਾਰਾ ਹੋ ਚੁੱਕਿਆ, 10 ਕਿੰਨੇ, 5 ਕਿੰਨੇ, 4 ਕਿੰਨੇ, ਤੁਹਾਨੂੰ ਵੀ ਪਤਾ ਹੈ ਅਸੀਂ ਕਿੰਨੇ ਸਾਲ ਹੋ ਗਏ, ਤਾਂ ਹਾਂਜੀ ਐਜ਼ ਐਕਸਪਰਟ ਤੁਸੀਂ ਕੀ ਦੇਖਦੇ ਹੋ ਕਿ ਕੱਲ ਕਿਹੜੀ ਟੀਮ ਤੁਹਾਨੂੰ ਲੱਗਦਾ ਹੈ ਕਿ ਨੋਟ ਵੀ ਖਰਚ ਕਰੇਗੀ, ਪਲੱਸ ਇੱਕ ਬੈਲੈਂਸ ਸਾਰੀ ਸਾਈਡਾਂ ਸਭ ਕੁਝ ਸਕੁਐਡ ਸਭ ਨੂੰ ਦੇਖਣਾ, ਕਿਉਂਕਿ ਜ਼ਿਆਦਾ ਕੁਝ ਹੈ ਨਹੀਂ, ਮਿੰਨੀ ਆਪਸ਼ਨ ਹੈ, ਕੀ ਲੱਗਦਾ ਕਿਹੜੀ 2-3 ਟੀਮਾਂ ਤੁਸੀਂ ਤੁਹਾਡੇ ਜ਼ਹਿਨ 'ਚ ਆਉਂਦੀਆਂ ਨੇ ਕਿ ਇਹ ਟੀਮਾਂ ਇੰਨਾ ਖਰਚ ਕਰਕੇ ਇੰਨੇ ਬੈਲੈਂਸ ਆਪਣਾ ਸਕੁਐਡ ਕਰਨ ਚਾਹੁੰਦੀਆਂ ਨੇ? ਪਹਿਲੀ ਮੇਰੇ ਦਿਮਾਗ 'ਚ ਆਉਂਦਾ ਹੈਗਾ ਜੀ KKR, ਕਿਉਂ KKR ਨੇ ਕਾਫੀ ਪਲੇਅਰ ਆਪਣੇ ਰਿਲੀਜ਼ ਕੀਤੇ ਬਾਹਰ, ਤੋਂ ਉਹਨਾਂ ਦਾ ਜਿਹੜਾ ਪਰਸ ਵੀ ਕਾਫੀ ਵੱਡਾ ਹੈਗਾ, ਤੋਂ ਉਹ ਇੱਕ ਨਵੀਂ ਟੀਮ ਬਣਾਉਣ ਦੇ ਦੌਰ 'ਚ ਹੈਗੇ ਨੇ, ਔਰ ਚੰਗੀ ਚੀਜ਼ ਹੈ ਕਪਤਾਨ ਸ਼੍ਰੇਸ਼ ਅਈਅਰ ਵਾਪਸ ਆ ਗਏ ਆ, ਗੌਤਮ ਗੰਭੀਰ ਹੁਣ ਉਹਨਾਂ ਦੇ ਮੈਂਟੋਰ ਬਣ ਗਏ ਹੈਗੇ ਨੇ, ਤੇ ਕਾਫੀ ਉਹਨਾਂ ਨੇ ਚੇਂਜਸ ਕੀਤੀਆਂ, ਉਹ ਟੀਮ ਹੋ ਗਈ। ਫਿਰ ਉਸ ਤੋਂ ਬਾਅਦ ਹੈਦਰਾਬਾਦ ਨੇ ਕਾਫੀ ਰਿਲੀਜ਼ ਕੀਤੇ, ਹੈਰੀ ਬਰੁਕਸ ਰਿਲੀਜ਼ ਕਰ ਦਿੱਤਾ ਜਿਹੜਾ ਉਹਨਾਂ ਕੋਲ ਉਹਨਾਂ ਸੇ 100 ਵੀ ਬਣਾਇਆ ਸੀ, ਉਹਨਾਂ ਦੀ ਹੁਣ ਨਵੀਂ ਟੀਮ ਬਣੇਗੀ, ਕੋਚਿੰਗ ਸਟਾਫ ਚੇਂਜ ਹੋਇਆ, ਉੱਥੇ ਨਵੇਂ ਕੋਚਿਸ ਹੁਣ ਉਹਨਾਂ ਵਾਲੇ ਪਾਸੇ ਆਏ ਨੇ, ਆਹ ਦੋ ਟੀਮਾਂ ਹੈਗੀਆਂ ਕਿ ਜਿਹੜੀਆਂ ਕਿ ਬੜਾ ਫੇਰਬਦਲ ਕਰਨਗੀਆਂ ਔਰ ਮੋਟਾ ਪੈਸਾ ਇਹੀ ਸੁੱਟਣਗੀਆਂ, ਕਿਉਂਕਿ ਇਹਨਾਂ ਦਾ ਪਰਸ ਵੀ ਸਭ ਤੋਂ ਜ਼ਿਆਦਾ। ਤੀਸਰੀ ਟੀਮ ਫਿਰ ਆ ਗਈ ਪੰਜਾਬ, ਸਾਡੀ ਕਿੰਗਸ 11 ਪੰਜਾਬ, ਪੰਜਾਬ ਕਿੰਗਸ ਦੀ ਟੀਮ ਆ ਗਈ ਆ, ਵੀ ਬਿਲਕੁਲ ਇਹਨਾਂ ਨੂੰ ਵੀ ਇਹਨਾਂ ਨੇ ਸ਼ਾਹਰੁਖ ਖਾਨ ਰਿਲੀਜ਼ ਕੀਤਾ ਜਿਹੜਾ 8 ਕਰੋੜ 'ਚ ਖਰੀਦਿਆ ਗਿਆ ਸੀ, ਸ਼ਾਹਰੁਖ ਖਾਨ
ਜੀ ਮਿਡਲ ਆਰਡਰ ਦੇ ਵਿੱਚ ਹੁਣ ਇਹਨਾਂ ਨੂੰ ਘਰੇਲੂ ਕ੍ਰਿਕਟ ਬੱਲੇਬਾਜ਼ ਚਾਹੀਦੇ ਆ, ਜਿਹੜੇ ਇਹ ਕਹਿ ਰਹੇ ਨਾ ਕਈ ਅਨਕੈਪ ਪਲੇਅਰ ਹੈਗੇ ਆ ਜਿਹੜੇ ਜਿਤੇਸ਼ ਸ਼ਰਮਾ ਨਾਲ ਆ ਕੇ ਸਾਥ ਦੇ ਸਕਣ, ਨੰਬਰ 4-5 ਤੇ ਆ ਕੇ ਬੱਲੇਬਾਜ਼ੀ ਕਰ ਸਕਣ, ਕਿਉਂਕਿ ਪਹਿਲੇ 3 ਸਾਡੇ ਪਤਾ ਹੈਗੇ ਸ਼ਿਖਰ ਜੌਨੀ ਬੇਸਟਰੋ ਖੇਲਦਾ, ਪਰ ਲਿਵਿੰਗ ਸਟੋਨ ਦੇ ਨਾਲ ਜਿਹੜੇ 5-6 ਨੰਬਰ ਦੇ ਜਿਹੜੇ ਸਾਨੂੰ ਬੈਟਸ ਬੱਲੇਬਾਜ਼ ਚਾਹੀਦਾ, ਹੁਣ ਅਸੀਂ ਪਿਓਰ ਬੱਲੇਬਾਜ਼ ਚੁੱਕ ਰਹੇ ਹਾਂ ਜਾਂ ਫਿਰ ਅਸੀਂ ਆਲਰਾਊਂਡਰ ਚੁੱਕ ਰਹੇ ਹਾਂ, ਤੈਨੂੰ ਉਹਦੇ ਤੇ ਬੜਾ ਜ਼ੋਰ ਦੇਣਾ ਪੈਣਾ, ਕਿਉਂਕਿ ਵਿਦੇਸ਼ੀ ਅਸੀਂ 4 ਹੀ ਖੜਾ ਸਕਦੇ ਹਾਂ, ਜ਼ਿਆਦਾ ਨਜ਼ਰ ਸਾਡੀ ਅਨਕੈਪ ਪਲੇਅਰ ਤੇ ਔਰ ਘਰੇਲੂ ਖਿਡਾਰੀਆਂ ਤੇ ਰਹੇਗੀ। ਸਹੀਗੀ ਭਾਜੀ, ਪੰਜਾਬ ਦੀ ਟੀਮ ਨੂੰ ਕਹੋ ਰਿਕਾਰਡ ਤੁਸੀਂ ਆਪਸ਼ਨ ਤਾਂ ਬੜੇ ਬਣਾਉਂਦੇ ਹੋ, ਗਰਾਊਂਡ 'ਚ ਵੀ ਕੁਝ ਕਰ ਲਓ, ਟਰਾਫੀ ਵੇਟ ਕਰ ਰਹੀ ਹੈ, ਇੰਨੇ ਸਾਲ ਹੋ ਗਏ ਹੁਣ ਤਾਂ। ਨਹੀਂ ਨਹੀਂ ਜੀ, ਹੁਣ ਜਿੱਤਣ ਕੀ ਨਹੀਂ ਚੰਗਾ, ਉਹ ਨਾ ਪਿਛਲੇ ਸਾਲ ਵੀ ਟੀਮ ਚੰਗੀ ਬਣਾਉਂਦੇ ਸੀ, ਉਹ ਸ਼ਿਖਰ ਧਵਨ ਇੰਜਰਡ ਹੋਇਆ, ਜਿਹੜਾ ਮੇਨ ਰਨ ਬਣਾ ਰਿਹਾ ਸੀ ਉਹ ਬਾਹਰ ਹੋ ਗਿਆ, ਫਿਰ ਉਹ ਵਿੱਚ ਕਪਤਾਨੀ ਦੂਸਰੇ ਕੋਲ ਗਈ, ਫਿਰ ਉਹ ਆਪਣੇ ਹਿਸਾਬ ਨਾਲ ਉਹਨੇ ਸੈਮ ਕਰਨ ਨੇ ਕਪਤਾਨੀ ਕੀਤੀ, ਤੇ ਕੁਝ ਟੀਮਾਂ ਐਸੀਆਂ ਪੰਜਾਬ ਨਾਲ ਫਸੇ ਹੋਏ ਮੈਚ, ਜਦੋਂ ਲੱਗਦਾ ਕਿ ਵੀ ਜਿੱਤ ਗਏ ਉਹ ਇਕੱਠੇ 4-5 ਮੈਚ ਹਾਰ ਜਾਂਦੀਆਂ, ਬਟ ਉਹ ਇੱਕ ਮੋਮੈਂਟਮ ਇਹਨਾਂ ਨੂੰ ਬਣਾਉਣਾ ਪਏਗਾ, ਉਹ ਮੋਮੈਂਟਮ ਤਾਂ ਦੀ ਬਣਨਾ ਹੈ ਕਿ ਮਿਡਲ ਆਰਡਰ 'ਚ ਨਾ ਤੁਹਾਡੇ ਕੋਲ ਚੰਗੇ ਆਲਰਾਊਂਡਰ ਜ਼ਰੂਰ ਆਉਣੇ ਚਾਹੀਦੇ, ਆਲਰਾਊਂਡਰਾਂ ਦੀ ਕਮੀ ਪੰਜਾਬ ਟੀਮ ਨੂੰ ਹੈਗੀ ਹੈ, ਬਟ ਮੈਨੂੰ ਲੱਗਦਾ ਕੱਲ ਉਹ ਕਮੀ ਇਹ ਦੂਰ ਕਰ ਦੇਣਗੇ, ਤੇ ਐਤਕੀ ਫਿਰ ਜਿਹੜਾ ਕੱਪ ਦੀ ਦਾਅਵੇਦਾਰੀ ਹੈ ਉਹ ਪੰਜਾਬ ਨਾ ਡੰਕੇ ਦੀ ਚੋਟ ਤੇ ਰੱਖੇਗੀ ਪੂਰਾ। ਔਰ ਭਾਜੀ ਕੱਲ ਸਾਰਿਆਂ ਦੇ ਅਕਾਊਂਟ ਹੈਵੀ ਹੋ ਜਾਣੇ ਪਲੇਅਰਾਂ ਦੇ, ਮੈਨੂੰ ਲੱਗਦਾ ਜਿਹੜੀ ਉਹ ਡਿਜ਼ਰਟ ਹੈ ਨਾ ਨਹੀਂ ਨਹੀਂ ਕੱਲ। ਨਹੀਂ ਕੱਲ ਬੈਂਕਾਂ ਵਾਲੇ ਨੇ ਕਈ ਨੇ ਮੈਨੇਜਰ ਨੇ ਛੁੱਟੀ ਕੀਤੀ ਹੈ ਕਿ ਵੀ ਤੁਸੀਂ ਐਸੇ ਕੰਮਾਂ ਤੇ ਲੈਣਾ ਕਿ ਇਹਦਾ ਬੈਂਕ ਦਾ ਅਕਾਊਂਟ ਸਾਡੇ ਬੈਂਕ 'ਚ ਹੈਗਾ ਜੇ, ਤੇ ਤਿਆਰੀ ਰੱਖਣੀ ਹੈ ਕਿ ਫਟਾਫਟ ਆਉਂਦੇ ਵੀ ਹਾਂ ਵੀ ਆ ਕੇ ਜਾ ਸਮਾਗਾ, ਸਾਂਭ ਲਓ ਪੈਸੇ ਫਟਾਫਟ ਇਹਨਾਂ ਦੇ। ਬਾਕੀ ਭਾਈ ਭਾਜੀ ਇਹ ਗੱਲ ਸਹੀ ਹੈ, ਬੈਂਕਾਂ ਨੇ ਵੀ ਕੱਲ ਆਪਣੀ ਮੈਨੇਜਰਾਂ ਨੇ ਪੂਰੀ ਆਪਸ਼ਨ ਦੇਖਣੇ ਸਾਡੇ ਔਰ ਜੀਓ ਸਿਨੇਮਾ ਤੇ ਦੇਖਣੀ ਆ। ਹਾਂ ਇੱਕ ਗੱਲ ਮੈਂ ਹੋਰ ਸ਼ੇਅਰ ਕਰਦਾ ਜਾਂਦੇ ਜਾਂਦੇ, ਕੱਲ ਪੰਜਾਬ ਦਰਸ਼ਕਾਂ ਨੂੰ ਖਾਸ ਤੌਰ ਤੇ ਮੈਂ ਸੁਨੇਹਾ ਲਾਉਣਾ ਚਾਹੁੰਦਾ, ਕੱਲ ਜੀਓ ਸਿਨੇਮਾ ਤੇ ਤੁਸੀਂ ਲਾਈਵ ਜਿਹੜੀ ਆਪਸ਼ਨ ਹੈ ਉਹ ਦੇਖੋ, ਦੁਪਹਿਰੇ ਅਸੀਂ 12 ਵਜੇ ਲਾਈਵ ਜੁੜਾਂਗੇ ਜੀਓ ਸਿਨੇਮਾ ਤੇ, ਸਾਡੇ ਐਕਸਪਰਟ ਹੋਣਗੇ ਸਰਨਦੀਪ ਭਾਜੀ, ਵੀਆਰਵੀ ਸਿੰਘ, 12 ਵਜੇ ਤੋਂ ਜੀਓ ਸਿਨੇਮਾ ਤੇ ਤੁਸੀਂ ਲਾਈਵ ਕਮੈਂਟਰੀ ਲਾਈਵ ਐਕਸ਼ਨ ਦੇਖੋਗੇ, ਔਰ ਤੁਹਾਨੂੰ ਹਰੇਕ ਅਪਡੇਟ ਕਿ ਕਿਹੜੇ ਨੋਟ ਕਿਹੜੇ ਅਕਾਊਂਟ 'ਚ ਜਾ ਰਹੇ ਨੇ, ਕਿਹੜੇ ਪਲੇਅਰ ਕੋਲ ਆ ਰਹੇ ਨੇ, ਸਰਮ ਭਾਜੀ ਔਰ ਸਾਡੇ ਵੀਆਰਵੀ ਸਿੰਘ ਕੱਲ 12 ਵਜੇ ਤੋਂ ਲਾਈਵ ਆਕਸ਼ਨ ਨਾਲ ਤੁਹਾਡੇ ਨਾਲ ਸਾਂਝਾ ਕਰਨਗੇ, ਸਾਰੀ ਡਿਟੇਲ ਸਾਂਝਾ ਕਰਨਗੇ, ਤੁਸੀਂ ਕੱਲ 12 ਵਜੇ ਜੀਓ ਸਿਨੇਮਾ ਤੇ ਬਹਿ ਜਾਣਾ, ਸਾਰੀ ਡਿਟੇਲ ਇੱਕ ਇੱਕ ਬਰੀਕੀ ਡਿਟੇਲ ਪੂਰਾ ਲਾਈਵ ਤੁਹਾਨੂੰ ਉੱਥੇ ਦੇਖਣ ਨੂੰ ਮਿਲੇਗਾ। ਬਹੁਤ ਬਹੁਤ ਸ਼ੁਕਰ ਸਰਨ ਭਾਜੀ, ਤਿਆਰੀਆਂ ਪੂਰੀਆਂ ਨੇ, ਭਾਜੀ ਮਿਲਦੇ ਔਰ ਹਾਂ ਇੱਕ ਛੋਟੀ ਚੀਜ਼ ਕਿ ਆਪਣੇ ਕੋਈ ਸਵਾਲ ਜ਼ਰੂਰ ਹੋਣ ਤੇ ਸਾਨੂੰ ਜੀਓ ਸਿਨੇਮਾ ਤੇ ਜ਼ਰੂਰ ਭੇਜਦੇ ਰਹਿਣ, ਟਵਿੱਟਰ ਹੈਂਡਲ ਤੇ ਮੇਰੇ ਜ਼ਰੂਰ ਭੇਜਦੇ ਰਹਿਣ ਜੀ, ਬਿਲਕੁਲ ਜੋ ਬਿਲਕੁਲ ਜੋ ਤੁਹਾਨੂੰ ਸਵਾਲ ਹੋਏਗਾ ਨਾਲ ਦੇ ਨਾਲ ਤੁਹਾਨੂੰ ਆਪਸ਼ਨ ਚੱਲਦੇ ਤੁਹਾਨੂੰ ਜਵਾਬ ਵੀ ਮਿਲਦੇ ਜਾਣਗੇ ਉਹਦੇ ਨਾਲ, ਫਿਰ ਹੋਰ ਮਜ਼ਾ ਆਉਂਦਾ। ਇਹ ਨੋਟ ਕਰ ਲਿਓ ਕਿ ਜਿਹੜੇ ਵੀ ਤੁਹਾਡੇ ਸਵਾਲਾਂ ਦੇ ਜਵਾਬ ਨੇ ਸਰਨਦੀਪ ਸਿੰਘ ਤੇ ਵੀਆਰਵੀ ਸਿੰਘ ਦੀ ਜੋੜੀ ਜਿਹੜੀ ਹੈਗੀ ਹੈ ਉਹ, ਕਿਉਂਕਿ ਲਾਈਵ ਤੁਸੀਂ ਜੀਓ ਸਿਨੇਮਾ ਤੇ ਦੇਖੋਗੇ, ਕੱਲ 12 ਵਜੇ ਤੁਸੀਂ ਸ਼ੁਰੂ ਹੋ ਜਾਗੇ, ਹਰ ਇੱਕ ਸਵਾਲ ਦਾ ਜਵਾਬ ਮਿਲੇਗਾ, ਹਰੇਕ ਤੁਹਾਨੂੰ ਡਿਟੇਲ ਮਿਲੇਗੀ, ਤੁਸੀਂ ਕੱਲ ਬਹਿ ਜਾਣਾ 12 ਵਜੇ ਠੀਕ ਜੀਓ ਸਿਨੇਮਾ ਲਾ ਕੇ। ਬਹੁਤ ਬਹੁਤ ਸ਼ੁਕਰੀਆ ਸਰਨ ਭਾਜੀ, ਤੇ ਮਿਲਦੇ ਹਾਂ ਫਿਰ ਸਤਿ ਸ਼੍ਰੀ ਛੇਤੀ। ਅਕਾਲ, ਸਤਿ ਸ਼੍ਰੀ ਅਕਾਲ ਭਾਜੀ, ਬਿਲਕੁਲ ਭਾਜੀ। ਥੈਂਕ ਯੂ।